ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਡਿਸਕਸ ਕਰਾਂਗੇ ਜਿਹੜਾ ਕਿ ਸਾਡਾ ਜਰਨਲ ਇੰਗਲਿਸ਼ ਦਾ ਪੇਪਰ ਹੋਣ ਵਾਲਾ ਉਹਦਾ ਮੋਸਟਲੀ ਜਿਹੜਾ 10 ਤਰੀਕ ਨੂੰ ਹੈ ਉਹਦਾ ਮੋਸਟਲੀ ਸਿਲੇਬਸ ਸਾਡਾ ਕੰਪਲੀਟ ਹੋ ਚੁੱਕਾ ਵਾ ਤੇ ਬੇਟਾ ਐਕੂਰੇਟ ਪਲੱਸ ਕੁਇਕੀ ਤੋਂ ਸਾਰਾ ਸਿਲੇਬਸ ਅਸੀਂ ਕਰ ਚੁੱਕੇ ਆ ਤੇ ਇਹ ਜਿਹੜਾ ਤੁਸੀਂ ਪਲੇਲਿਸਟ ਵਿੱਚ ਜਾ ਕੇ ਤੇ ਐਕੂਰੇਟ ਪੰਜਾਬੀ ਟਾਰਮ 2 ਜਿਹੜਾ ਉਹ ਤੁਸੀਂ ਲਿਸਟ ਵੇਖ ਲੈਣੀ ਆ ਉਹਦੇ ਵਿੱਚ ਸਾਰਾ ਕੁਝ ਦਿੱਤਾ ਤੇ ਮੇਰਾ ਸਿਰਫ ਇੱਕ ਹੀ ਕਹਾਣੀ ਰਹਿ ਗਈ ਹੈ ਜਿਹੜੀ ਕਿ ਸਤਿਆ ਸਹੀ ਹੈ ਬਾਕੀ ਸਾਰੇ ਕੰਪਲੀਟ ਹੈ ਇਸ ਤੋਂ ਬਾਅਦ ਜੇ ਮੈਨੂੰ ਜਿਹੜਾ ਸ਼ਾਂਤੀ ਗੈਸ ਪੇਪਰ ਆ ਆਨਲਾਈਨ ਸੋਰਸ ਤੋਂ ਮਿਲ ਗਿਆ ਤੇ ਮੈਂ ਉਸੇ ਵੇਲੇ ਤੁਹਾਨੂੰ ਜਿਹੜਾ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੀ ਠੀਕ ਹੈ ਬੇਟਾ ਮਤਲਬ ਇਹ ਮਤਲਬ ਨਾਈਟ ਨੂੰ ਹੁੰਦਾ ਵਾਂ ਦਿਨ ਦਿਨ ਵਿੱਚ ਮੇਰੇ ਖਿਆਲ ਕੋਈ ਵੀ ਜਿਹੜਾ ਆਨਲਾਈਨ ਸੋਰਸ ਵਿੱਚ ਅਵੇਲੇਬਲ ਨਹੀਂ ਹੁੰਦਾ ਕਿ ਤਾਂ ਸ਼ਾਂਤੀ ਗੇਸ ਪੇਪਰ ਦੀ ਵੇਟ ਨਹੀਂ ਕਰਨੀ ਹਾਂ ਹੀ ਮਤਲਬ ਤਕਰੀਬਨ ਜਿਹੜੀ ਪੰਜਾਬੀ ਵੀ ਹੀ ਤੇ ਇੰਗਲਿਸ਼ ਦਾ ਵੀ ਅਹੀਂ ਮੋਸਟਲੀ ਤਿਆਰੀ ਸਾਡੀ 1 ਮਹੀਨਾ ਪਹਿਲਾਂ ਹੋ ਚੁੱਕਦੀ ਹੈ ਹੋ ਗਈ ਹੀ ਤੇ ਬਹੁਤ ਸਾਰੇ ਬੱਚੇ ਕਹਿੰਦੇ ਕਿ ਮੈਡਮ ਜਦੋਂ ਪੇਪਰ ਹੋ ਜਾਂਦਾ ਤੁਸੀਂ ਉਦੋਂ ਡਾਲ ਦੋ ਤੇ ਬੇਟਾ ਵੇਖੋ ਜਦੋਂ ਉਹਦੇ ਵਿੱਚ ਮਟੀਰੀਅਲ ਮਿਲੇਗਾ ਜਾਂ ਸ਼ਾਂਤੀ ਗੇਸ ਪੇਪਰ ਮੈਨੂੰ ਮਿਲੇਗਾ ਪ੍ਰੋਵਾਈਡ ਫੇਰੀ ਮੈਂ ਤੁਹਾਨੂੰ ਕਰਵਾਵਾਂਗੀ ਨਾ ਤੇ ਇਸ ਕਰਕੇ ਜਿਹੜਾ ਇਹਨਾਂ ਦੀ ਤੇ ਬਿਲਕੁਲ ਟੈਨਸ਼ਨ ਨਹੀਂ ਲੈਣੀ ਪੰਜਾਬੀ ਦੀ ਬਿਲਕੁਲ ਨਹੀਂ ਲੈਣੀ ਕਿਉਂਕਿ ਤੁਹਾਡੇ ਕੋ ਸਾਰਾ ਕੁਝ ਜਿਹੜਾ ਅਸੀਂ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਹੈ ਵੀਡੀਓ ਤੇ ਅਪਲੋਡ ਵੀ ਹੋ ਗਈਆਂ ਠੀਕ ਹੈ ਤੇ ਤੁਸੀਂ ਜਿਹੜਾ ਪੰਜਾਬੀ ਐਕੂਰੇਟ ਟੈਮਪ 2 ਜਿਹੜੀ ਹੈ ਉਹਦੇ ਵਿੱਚ ਦੇਖ ਲੈਣਾ ਤੁਹਾਡੀ ਲਾਸਟ ਕਹਾਣੀ ਹੈ ਇਹਦੇ ਵਿੱਚ ਵਸਤੂ ਨਿਸ਼ਟ ਕਵੈਸਨ ਹੈ ਜਿਸਾ ਕਿ ਤੁਹਾਡੀ ਪਾਠ ਪੁਸਤਕ ਵਿੱਚ ਦੀਵਾਨ ਦਲੀਪ ਕੋਟੀਮਾਨਾ ਦੀ ਕਿਹੜੀ ਕਹਾਣੀ ਦਰਜ ਹੈ ਹਾਡ ਅਨਸਰ ਹੈ ਸਤਿਆ ਸਹੀ ਸਤਿਆਸਈ ਕਹਾਣੀ ਕਿਸ ਤੇ ਲਿਖੀ ਹੋਈ ਹੈ ਦਲੀਪ ਕੋਰ ਟਿਵਾਣਾ ਦੀ ਅੱਗੇ ਹੈਗਾ ਸਾਡਾ ਕੁਐਸਚਨ ਜਿੰਨੇ ਥੋੜਾ ਜਿਹਾ ਜ਼ੂਮ ਕਰ ਲੈਨੇ ਆ ਸਤਿਆਸਈ ਕਹਾਣੀ ਦੇ ਆਧਾਰ ਤੇ ਦੱਸੋ ਕਿ ਗੱਡੀ ਵਿੱਚ ਅੰਨਾ ਮੰਗਤਾ ਕਿਸ ਦੇ ਬਾਰੇ ਗੀਤ ਗਾ ਰਿਹਾ ਸੀ ਹਰ ਅਨਸਰ ਹੈ ਗੱਡੀ ਵਿੱਚ ਅੰਨਾ ਮੰਗਤਾ ਸ਼ਹੀਦ ਭਗਤ ਸਿੰਘ ਤੇ ਉਸ ਦੀ ਮਗਿੱਤਰ ਬਾਰੇ ਗੀਤ ਗਾ ਰਿਹਾ ਸੀ ਗੀਤ ਸੁਣਨ ਅੰਪ੍ਰੰਤ ਲੇਖਕਾ ਦੇ ਮਨ ਵਿੱਚ ਕਿਸ ਬਾਰੇ ਖਿਆਲ ਆਉਣ ਲੱਗਾ ਭਗਤ ਸਿੰਘ ਬਾਰੇ ਜਪਗਤ ਸਿੰਘ ਦੀ ਬਗੇਤਰਬਾਰੇ ਜਾਂ ਉਪਰੋਕਤ ਵਿੱਚ ਸਹੀ ਆਨਸਰ ਦੇਣਾ ਤੁਹਾਡਾ ਆਨਸਰ ਹੈ ਭਗਤ ਸਿੰਘ ਦੀ ਬਗੇਤਰਬਾਰੇ ਅੱਗੇ ਭਗਤ ਸਿੰਘ ਦੀ ਬਗੇਤਰ ਨੇ ਸਾਹਸ ਨਾਲ ਕਿਹੜੇ ਕਿਹੜੇ ਕੰਮ ਕੀਤੇ ਮਿਹਨਤ ਮਜ਼ਦੂਰੀ ਵਾਲੇ ਕੰਮ ਕੀਤੇ ਜਾਂ ਸਰਕਾਰ ਕੋਲ ਮਦਦ ਮੰਗੀ ਅਸੀਂ ਕਹਾਂਗੇ ਮਿਹਨਤ ਮਜ਼ਦੂਰੀ ਵਾਲੇ ਕੰਮ ਕੀਤੇ ਲੇਖਕ ਦਾ ਮੰਨ ਜਿਹੜਾ ਹੈ ਲੇਖਕਾ ਦਾ ਮੰਨ ਭਗਤ ਸਿੰਘ ਦੀ ਬਗੇਤਰ ਦੇ ਪੈਰ ਸੋਂ ਲਈ ਕਿਉਂ ਕੀਤਾ ਕਹਿੰਦੇ ਉਸ ਦਾ ਸਾਹਸ ਸਿਰ ਰਵੇ ਕੇ ਉਹਦਾ ਹਿੰਮਤ ਤੇ ਦਲੇਰੀ ਵੇਖ ਕੇ ਅੱਗੇ ਗਿਆ ਭਗਤ ਸਿੰਘ ਦੀ ਮਗੇਤਰ ਲੇਕਾ ਦੀ ਕਿਹੜੀ ਗੱਲਾਂ ਤੜਪ ਪਈ ਸੀ ਕਹਿੰਦੀ ਜਦੋਂ ਨੇ ਅਸ਼ੀਰਵਾਦ ਦਿੱਤਾ ਕਿ ਰੱਬ ਤੇਰੀ ਉਮਰ ਲੰਮੀ ਕਰੇ ਤੇ ਉਹ ਕਹਿੰਦੀ ਮੈਨੂੰ ਇਹ ਰੱਬ ਤੇਨੂੰ ਉਮਰ ਤੇਡੀ ਤੈਨੂੰ ਲੰਮੀ ਉਮਰ ਬਖਸ਼ੇ ਤੇ ਇਹ ਸੁਣ ਕੇ ਕਿਉਂ ਭਗਤ ਸਿੰਘ ਤੋਂ ਬਿਨਾ ਜਿਹੜੀ ਹੀ ਜੀਣਾ ਨਹੀਂ ਚਾਹਦੀ ਠੀਕ ਹੈ ਅੱਗੇ ਗਿਆ 87 ਕਹਾਣੀ ਦੇ ਪਾਤਰਾਂ ਦਾ ਨਾਂ ਅੰਨਾ ਮੰਗਤਾ ਮੈਂ ਬੱਤਰ ਮਤਲਬ ਕਹਾਣੀਕਾਰ ਤਸ਼ੀਦ ਭਗਤ ਸਿੰਘ ਦੀ ਮਗੇਤਰ ਅੰਨਾ ਮੰਗਤਾ ਕਿੱਥੇ ਗਾ ਰਿਹਾ ਸੀ ਹੜਾ ਗੱਡੀ ਵਿੱਚ ਅਤੇ ਸਟੇਸ਼ਨ ਉੱਤੇ ਜਦੋਂ ਵੀਰ ਭਗਤ ਸਿੰਘ ਦਾਤ ਨੂੰ ਡੈਸ਼ ਗੀਤ ਕੌਣ ਗਾ ਰਿਹਾ ਸੀ ਅੰਨਾ ਮੰਗਤਾ ਅੱਗੇ ਗਿਆ ਸੱਤਿਆ ਸਹੀ ਕਹਾਣੀ ਦੀਆਂ ਘਟਨਾਵਾਂ ਕਿੱਥੇ ਵਾਪਰਦੀਆਂ ਹਨ ਤੇ ਹਾ ਡਾਂਸ ਰਿਹਾ ਗੱਡੀ ਵਿੱਚ ਮੈਂ ਪਤ ਦੀ ਕਲਪਨਾ ਵਿੱਚ ਮਤਲਬ ਸੱਚੀ ਵਿੱਚ ਇਹ ਲੈ ਕੇ ਜਿਹੜੀ ਆਪਣੀ ਕਲਪਨਾ ਦੇ ਦੁਆਰਾ ਹੀ ਜਿਹੜੀ ਉਹਦੀ ਮਗੇਤਰ ਨੂੰ ਮਿਲਦੀ ਹੈ ਹਕੀਕਤ ਵਿੱਚ ਨਹੀਂ ਅੱਗੇ ਗਿਆ ਮੈਂ ਪਾਤਰ ਪਿੰਡ ਦੇ ਕੱਚੇ ਕੋਠੇ ਵਿੱਚ ਕਿਹੋ ਜਿਹੀ ਮੁਟਿਆਰ ਨੂੰ ਲੱਭ ਰਹੀ ਸੀ ਤੁਹਾਡਾ ਸੁਨੱਖੀ ਮੁਟਿਆਰ ਸੁਨੱਖੀ ਮੁਟਿਆਰ ਬਹੁਤ ਇੰਟੈਲੀਜੈਂਟ ਕਹਿੰਦੇ ਆ ਬਹੁਤ ਅੱਛੀ ਗੁਣਾਨਾ ਭਰਪੂਰ ਠੀਕ ਹੈ ਅੱਗੇ ਗਿਆ ਕਿਸ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ ਤੁਹਾਡਾ ਆਨਸਰ ਹੈ ਭਗਤ ਸਿੰਘ ਤੇ ਬਟੂ ਕੇਸ਼ਵਰ ਦਾਤ ਨੂੰ ਠੀਕ ਹੈ ਅੱਗੇ ਹੈਗਾ ਸ਼ਹੀਦ ਭਗਤ ਸਿੰਘ ਦੀ ਬਗੀਤਰ ਨੇ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰੀ ਅੱਗੇ ਹੈਗਾ ਸ਼ਹੀਦ ਭਗਤ ਸਿੰਘ ਦੀ ਬਗੀਤਰ ਨੇ ਸਰਕਾਰ ਤੋਂ ਮਦਦ ਕਿਉਂ ਨਾ ਮੰਗੀ ਸ਼ਹੀਦ ਭਗਤ ਸਿੰਘ ਦੀ ਅਨਖੀਲੀ ਬਗੀਤਰ ਹੋਣ ਕਰਕੇ ਕਿਉਂਕਿ ਸ਼ਹੀਦ ਭਗਤ ਸਿੰਘ ਵੀ ਅਣਖ ਵਾਲੇ ਹੀ ਤੇ ਉਹਨਾਂ ਨੇ ਉਹ ਮਤਲਬ ਨਹੀਂ ਚਾਹਦੇ ਕਿ ਮੈਂ ਉਹਦੀ ਬਗੀਤਰ ਹੋ ਕੇ ਤੇ ਕਿਹ ਅੱਗੇ ਹੱਥ ਫਲਾਵਾ ਅੱਗੇ ਹੈ ਸੱਤਿਆ ਸਹੀ ਕਹਾਣੀ ਵਿੱਚ ਮੈਂ ਪਾਤਰ ਕਿਸ ਨਾਲ ਗਲਪਤ ਹੁੰਦੀ ਹੈ ਮੈਂ ਪਾਤਰ ਦੀ ਕਿਸ ਨਾਲ ਗੱਲਬਾਤ ਹੁੰਦੀ ਹੈ ਤੁਹਾਡਾ ਆਨਸਰ ਹੈ ਸ਼ਹੀਦ ਪਗਤ ਸਿੰਘ ਦੀ ਮਗੇਤਰ ਨਾਲ ਨੈਕਸਟ ਹੈ ਸ਼ਹੀਦ ਪਗਤ ਸਿੰਘ ਦੀ ਮਗੇਤਰ ਦਾ ਸਾਹਸ ਤੇ ਸਿਰ ਦੇ ਕੇ ਮੈਂ ਪਾਤਰ ਨੂੰ ਕਿਹੋ ਜਿਹੀ ਔਰਤ ਪ੍ਰਤੀਤ ਹੋਈ ਤੇ ਤੁਹਾਡਾ ਆਨਸਰ ਹੈ ਮਹਾਨ ਤੇ ਭਰਜਵਾਨ ਕੁੜੀ ਅਗਿਆ ਸ਼ਹੀਦ ਪਗਤ ਸਿੰਘ ਨੇ ਪਿੰਡ ਪਹੁੰਚ ਕੇ ਆਪਣੇ ਮਗੇਤਰ ਨੂੰ ਕਿਸ ਦੇ ਹੱਥ ਸੁਨੇਹਾ ਭੇਜਿਆ ਸੀ ਇੱਕ ਨਿਆਣੇ ਦੇ ਹੱਥ ਨਿਆਣਾ ਮਤਨ ਦਾ ਛੋਟਾ ਬੱਚਾ ਅੱਗੇਗਾ ਇੱਕ ਦਿਨ ਸ਼ਹੀਦ ਭਗਤ ਸਿੰਘ ਆਪਣੀ ਮਗਿੱਤ ਨੂੰ ਕਿਸ ਵੇਲੇ ਮਿਲਣ ਲਈ ਆਇਆ ਸੀ ਤੁਹਾਡਾ ਆਨਸਰ ਹੈ ਦਿਵੇ ਬਲਦਿਆਂ ਹੀ ਜਾਂ ਰਾਤ ਪੈਂਦਿਆਂ ਹੀ ਜਦ ਸ਼ਾਮ ਦਾ ਵੇਲਾ ਹੁੰਦਾ ਨਾ ਤੇ ਲੋਕੀ ਲਾਈਟ ਵਗੈਰਾ ਦੀਵੇ ਵਗੈਰਾ ਜਗਾ ਲੈਂਦੇ ਨੇ ਕਹਿੰਦੇ ਕਿ ਦੇਸ਼ ਦੇ ਆਜ਼ਾਦ ਹੋਣ ਤੇ ਤਰੱਕੀ ਕਰਨ ਦੇ ਬਾਵਜੂਦ ਵੀ ਸ਼ਹੀਦ ਭਗਤ ਸਿੰਘ ਦੀ ਮਗਿੱਤੇ ਦੀ ਮਾਨਸਿਕ ਅਵਸਥਾ ਕਿਹੋ ਜਿਹੀ ਸੀ ਉਦਾਸੀ ਭਰੀ ਅੱਗੇਗਾ ਸ਼ਹੀਦ ਭਗਤ ਸਿੰਘ ਤੇ ਉਸ ਦੀ ਮਗੀਤਰ ਪਿੰਡ ਦੇ ਬਾਾਰ ਕਿੱਥੇ ਮਿਲੇ ਖੂਹ ਉੱਤੇ ਨੈਕਸਟ ਹੈ ਜਦੋਂ ਭਗਤ ਸਿੰਘ ਦੀ ਮਗੀਤਰ ਨੇ ਮੈਂ ਪਾਤਰ ਕਹਾਣੀ ਲੇਖਕ ਨੂੰ ਪੁੱਛਿਆ ਕਿ ਸੱਚਮੁੱਚ ਕੋਈ ਅਗਲਾ ਜਨਮ ਵੀ ਹੁੰਦਾ ਹੈ ਤਾਂ ਉਸ ਦੇ ਮੂੰਹ ਕਿਹੜੇ ਸ਼ਬਦ ਨਿਕਲਿਆ ਵਿਚਾਰੀ ਠੀਕ ਹੈ ਕਿਉਂਕਿ ਉਹਨੂੰ ਆਸ ਸੀ ਨਾ ਕਿ ਮੈਂ ਜਦੋਂ ਮੈਂ ਵੀ ਮਰ ਜਾਵਾਂਗੇ ਤੇ ਮੈਂ ਆਪਾ ਭਗਤ ਸਿੰਘ ਨੂੰ ਮਿਲ ਲਾਂਗੇ ਠੀਕ ਹੈ ਅਗੇਗਾ ਸ਼ਹੀਦ ਭਗਤ ਸਿੰਘ ਦੀ ਬਿਗੈਤਰ ਲੇਖਾ ਦੀ ਕਿਹੜੀ ਗੱਲ ਤੋਂ ਤਰਪਈ ਜਦੋਂ ਉਸਨੇ ਕਿਹਾ ਕਿ ਰੱਬ ਤੈਨੂੰ ਲੰਮੀਆਂ ਉਮਰ ਦੇਵੇ ਨੈਕਸਟ ਹੈ ਸ਼ਹੀਦ ਭਗਤ ਸਿੰਘ ਦੀ ਬਿਗੈਤਰ ਤੋਂ ਕਿਹੜੀ ਚੀਜ਼ ਘੜੀ ਪਲ ਵੀ ਦੂਰ ਨਹੀਂ ਸੀ ਕੀਤੀ ਜਾ ਸਕਦੀ ਕੀਤੀ ਜਾਂਦੀ ਗਾਵਾ ਠੀਕ ਹੈ ਨੈਕਸਟ ਹੈ ਸ਼ਹੀਦ ਭਗਤ ਸਿੰਘ ਦੀ ਬਿਗੈਤਰ ਤੇ ਕਿਹੋ ਜਿਹੇ ਮੌਕੇ ਛੱਲੇ ਨਹੀਂ ਜਾਂਦੇ ਵਿਆਹ ਆਦੀ ਤੇ ਖੁਸ਼ੀਆਂ ਦੇ ਮੌਕੇ ਕਹਿੰਦੇ ਕਿ ਜਦੋਂ ਮੈਂ ਪਾਤਰ ਕਹਾਣੀ ਲੇਖਕ ਨੇ ਸ਼ਹੀਦ ਭਗਤ ਸਿੰਘ ਦੀ ਬਗੀਤਰ ਨੂੰ ਕਿਹਾ ਕਿ ਅਗਲਾ ਜਨਮ ਹੁੰਦਾ ਹੈ ਤਾਂ ਉਸ ਦਾ ਉਸ ਤੇ ਕੀ ਅਸਰ ਹੋਇਆ ਕਹਿੰਦੇ ਕਿ ਉਹਦੀਆਂ ਅੱਖਾਂ ਤੇ ਚਮਕ ਆ ਗਈ ਕਿਉਂਕਿ ਉਹ ਕਹਿੰਦੀ ਸੀ ਕਿ ਜਿਵੇਂ ਭਗਤ ਸਿੰਘ ਜਿਹੜਾ ਸ਼ਹੀਦ ਹੋ ਗਿਆ ਤੇ ਮੈਂ ਵੀ ਮਾਰ ਕੇ ਉਹਨੂੰ ਮਿਲ ਸਕਦੀ ਆ ਅੱਗੇ ਗਿਆ ਸ਼ਹੀਦ ਭਗਤ ਸਿੰਘ ਦੀ ਬਗੀਤਰ ਅਨੁਸਾਰ ਉਸ ਦਾ ਮਗੀਤਰ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪਰੋਣਿਆਂ ਦੇ ਮੁਕਾਬਲੇ ਕਿਹੋ ਜਿਹਾ ਹੈ ਸਭ ਤੋਂ ਸੋਹਣਾ ਠੀਕ ਹੈ ਅੱਗੇ ਗਾ ਕੌਣ ਸ਼ਹੀਦ ਭਗਤ ਸਿੰਘ ਦੀ ਬਗੀਤਰ ਨੂੰ ਪੁੱਛਦੀ ਸੀ ਕਿੱਥੇ ਤਾਂ ਕਈਆਂ ਨੀਂਦ ਤੇਰੀਆਂ ਨੀਂਦਰਾ ਦਿਓ ਵੀ ਉਬਾਲੇ ਦਿੰਦੇ ਉਹ ਲਾਂਬੇ ਦਿੰਦੇ ਸੋਰੀ ਰਾਤ ਦੀ ਰਾਣੀ ਅੱਗੇ ਗਾ ਸ਼ਹੀਦ ਭਗਤ ਸਿੰਘ ਦੀ ਬਗੀਤੇ ਤੇ ਪੈਰੀ ਕਿਹੋ ਜਿਹੀ ਜੁੱਤੀ ਸੀ ਟੁੱਟੀ ਹੋਈ ਨੈਕਸਟ ਹੈ ਕੌਣ ਸ਼ਹੀਦ ਭਗਤ ਸਿੰਘ ਦੀ ਬਗੀਤੇ ਦੀ ਮਾਨਸਿਕ ਅਵਸਥਾ ਨੂੰ ਦੇਖ ਕੇ ਮੈਂ ਪਾਤਰ ਕਹਾਣੀ ਲੇਖਕਾ ਦੀ ਗੁਰਬਾਣੀ ਦੇ ਕਿਸ ਕਥਨ ਅੱਗੇ ਝੁੱਕ ਗਿਆ ਜੋ ਸਿਰ ਝੁਕਾ ਦਿੰਦਾ ਹੈ ਨਾਨਕ ਸਤਿਆ ਜਨਨੀ ਜੀ ਬਿਰਹਾ ਚੋਟ ਮਲ ਅੱਗੇ ਗਿਆ ਸ਼ਹੀਦ ਭਗਤ ਸਿੰਘ ਦੀ ਮਗੇਤਰ ਦੇ ਗੱਲ ਪਏ ਕਿ ਮੇਜ ਕਿਹੋ ਜਿਹੀ ਤਾਕੀਆਂ ਵਾਲੀ ਮੈਂ ਪਾਤਰ ਕਹਾਣੀ ਨੂੰ ਸ਼ਹੀਦ ਭਗਤ ਸਿੰਘ ਦੀ ਮਗੇਤਰ ਦੀਆਂ ਅੱਖਾਂ ਵਿੱਚ ਕੀ ਦਿਖਾਈ ਦਿੰਦਾ ਹੈ ਇਕਲਾਟ ਇੱਕ ਕਹਿਰ ਠੀਕ ਹੈ ਅੱਗੇ ਹੈਗਾ ਕਹਿੰਦੇ ਸ਼ਹੀਦ ਭਗਤ ਸਿੰਘ ਦੀ ਮਗੇਤਰ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਦੇਖਦੀ ਹੋਈ ਆਪਣੇ ਲੇਖਾਂ ਬਾਰੇ ਕਿਸ ਨੂੰ ਪੁੱਛਦੀ ਹੈ ਆਪਣੀ ਮਾਂ ਨੂੰ ਸੱਤਿਆසේ ਕਹਾਣੀ ਦੇ ਮੁੱਖ ਪਾਤਰ ਦਾ ਨਾਮ ਸ਼ਹੀਦ ਭਗਤ ਸਿੰਘ ਦੀ ਮਗੇਤਰ ਮਗੇਤਰ ਸ਼ਹੀਦ ਭਗਤ ਸਿੰਘ ਦੇ ਕਾਤਲਾਂ ਨੂੰ ਕਿਸ ਤਰ੍ਹਾਂ ਡੱਸ ਲੈਣਾ ਚਾਹੁੰਦੀ ਸੀ ਨਾਗਨ ਬਣ ਕੇ ਫੁਕਾਰਦੀ ਹੋਈ ਮੈਂ ਮੈਂ ਪਾਤਰ ਕਹਾਣੀ ਲੇਖਕ ਦੇ ਮਗੇਤਰ ਨੂੰ ਸ਼ਹੀਦ ਭਗਤ ਸਿੰਘ ਨੂੰ ਉਸ ਤੋਂ ਇਲਾਵਾ ਹੋਰ ਕਿਸ ਦਾ ਦੱਸਿਆ ਕਿਸ ਦਾ ਦੱਸਿਆ ਨਹੀਂ ਦੁਬਾਰਾ ਪੜਦੇ ਮੈਂ ਪਾਤਰ ਕਹਾਣੀ ਲੇਖਕਾਂ ਨੇ ਮਗੇਤਰ ਨੂੰ ਸਹੀਦ ਭਗਤ ਸਿੰਘ ਨੂੰ ਉਸ ਤੋਂ ਇਲਾਵਾ ਹੋਰ ਕਿਸ ਨੇ ਦੱਸਿਆ ਇਥੇ ਨਾ ਕਿਸ ਨੇ ਦੱਸਿਆ ਹਗਾ ਸਾਰੇ ਦੇਸ਼ ਦਾ ਮਤਲਬ ਜਦੋਂ ਕਹਿੰਦੀ ਹੈ ਨਾ ਪਾਤਰ ਕਹਿੰਦੀ ਹੈ ਕਿ ਜੀਤ ਭਗਤ ਸਿੰਘ ਸਿਰਫ ਤੇਰਾ ਹੀ ਨਹੀਂ ਹੈ ਇਸ ਤੋਂ ਇਲਾਵਾ ਵੀ ਹੋਰ ਕਿਸ ਦਾ ਦੱਸਿਆ ਤੇ ਉਹ ਕਹਿੰਦੇ ਕਿ ਸਾਰੇ ਦੇਸ਼ ਦਾ ਕਹਾਣੀ ਦੇ ਅੰਤ ਵਿੱਚ ਮੰਗਤਾ ਕਿੱਥੇ ਜਾ ਰਿਹਾ ਸੀ ਡੱਬੀ ਗੱਡੀ ਦੇ ਡੱਬੇ ਦੇ ਬਾਹਰ ਠੀਕ ਹੈ ਬੇਟਾ ਇਸ ਤਰ੍ਹਾਂ ਮੈਂ ਸਾਰ ਵੀ ਨਾਲ ਹੀ ਲਿਖ ਦਿੱਤਾ ਤਾਂ ਜੋ ਤੁਹਾਨੂੰ ਈਜ਼ੀ ਹੋ ਜਾਏ ਹੁਣ ਹੀ ਪੜ੍ਹਨੇ ਸਤਿਆ ਸਹੀ ਦਾ ਸਾਰ ਕਹਿੰਦੇ ਲੇਕਾ ਗੱਡੀ ਵਿੱਚ ਸਫ਼ਰ ਕਰ ਰਹੀ ਸੀ ਅਤੇ ਇੱਕ ਮੰਗਤਾ ਉਸ ਦੇ ਅੱਗੇ ਉਹ ਇਹ ਗੀਤ ਗਾਉਂਦਾ ਲੰਘ ਰਿਹਾ ਸੀ ਜਦੋਂ ਵੀਰ ਭਗਤ ਸਿੰਘ ਦਾਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਸ ਦੀ ਹੋਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਲੇਖਕ ਨੇ ਦੇਖਿਆ ਕਿ ਉਹ ਮੰਗਤਾ ਇਹ ਗੀਤ ਗਾਉਂਦਾ ਹੋਇਆ ਇੱਕ ਡੱਬੇ ਤੋਂ ਦੂਜੇ ਡੱਬੇ ਵੱਲ ਵਿੱਚ ਜਾ ਰਿਹਾ ਸੀ ਲੇਖਕ ਉਸ ਮੰਗਤੇ ਦੇ ਗਾਣੇ ਗਾਏ ਹੋਏ ਗੀਤ ਵਿੱਚ ਖੋ ਜਾਂਦੀ ਹੈ ਮਤਲਬ ਖਿਆਲ ਵਿੱਚ ਖੋ ਜਾਂਦੀ ਹੈ ਤੇ ਆਪਣੇ ਖਿਆਲਾਂ ਵਿੱਚ ਸੋਚਦੀ ਹੈ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਦਿੱਤੀ ਜਾਵੇ ਹੋएगी ਤਾਂ ਉਸ ਦੀ ਮੰਗੇਤਰ ਦੇ ਦਿਲ ਤੇ ਕੀ ਵਾਪਰਿਆ ਹੋਵੇਗਾ ਲੇਖਕ ਸੋਚਦੀ-ਸੋਚਦੀ ਉਸ ਪਿੰਡ ਵਿੱਚ ਚਲੀ ਜਾਂਦੀ ਹੈ ਜਿੱਥੇ ਸਰਦਾਰ ਭਗਤ ਸਿੰਘ ਦੀ ਮੰਗੇਤਰ ਜੋ ਕਿ ਬਹੁਤ ਹੀ ਸੋਹਣੀ ਸੀ ਚਰਖਾ ਕਾਤ ਰਹੀ ਸੀ ਲੇਖਕ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਇੱਜ਼ਤ ਵਾਸਤੇ ਉਸ ਨੂੰ ਭਗਤ ਸਿੰਘ ਤੋਂ ਬਿਨਾ ਉਸਨੇ ਚਰਖਾ ਕੱਤ ਕੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਆਪਣਾ ਜੀਵਨ ਗੁਜ਼ਾਰ ਲਿਆ ਮਤਲਬ ਸਾਰਾ ਕੁਝ ਜਿਹੜਾ ਬੇਟਾ ਇਹ ਖਿਆਲਾਂ ਵਿੱਚ ਹੀ ਹੋ ਰਿਹਾ ਖਿਆਲਾਂ ਵਿੱਚ ਹੀ ਜਿਹੜੀ ਲੇਖਕ ਜਿਹੜੀ ਭਗਤ ਸਿੰਘ ਦੀ ਮਗੇਤਰ ਕੋਲ ਗਈ ਹੈ ਹਾਂਜੀ ਅੱਗੇ ਹੈਗਾ ਪਰ ਭਗਤ ਸਿੰਘ ਦੇ ਨਾਂ ਨੂੰ ਲਾਜ ਨਹੀਂ ਲੱਗਣ ਦਿੱਤੀ ਮਤਲਬ ਉਹ ਆਪਣਾ ਜਿਹੜਾ ਜੀਵਨ ਬੜੀ ਮਿਹਨਤ ਨਾਲ ਗੁਜ਼ਾਰ ਰਿਹਾ ਕਿ ਹੈਗੇ ਹੱਥ ਨਹੀਂ ਢੱਡਿਆ ਤੇ ਭਗਤ ਸਿੰਘ ਦੇ ਨਾਂ ਨੂੰ ਲਾਜ ਨਹੀਂ ਲੱਗਣ ਦਿੱਤੀ ਜਦੋਂ ਲੇਖਕਾਂ ਨੇ ਭਗਤ ਸਿੰਘ ਦੀ ਮਗਿੱਤਰ ਨੂੰ ਪੁੱਛਿਆ ਕਿ ਉਸ ਦੇ ਮਾਪਿਆਂ ਨੂੰ ਉਸ ਦਾ ਖਿਆਲ ਨਹੀਂ ਤਾਂ ਉਸ ਨੇ ਕਿਹਾ ਇਹ 1-2 ਦਿਨਾਂ ਜਾਂ ਮਹੀਨਿਆਂ ਦੀ ਗੱਲ ਹੋਵੇ ਤਾਂ ਇਹ ਸਾਰੀ ਉਮਰ ਦਾ ਵਾਸ ਹੈ ਕਹਿੰਦੇ ਕਿ 1-2 ਮਹੀਨਿਆਂ ਦੀ ਜਾਂ 1-2 ਦਿਨਾਂ ਦੀ ਗੱਲ ਹੋਵੇ ਤਾਂ ਫੇਰ ਤੇ ਮਾਪੇ ਹੈਲਪ ਕਰ ਸਕਦੇ ਪਰ ਇਹ ਤੇ ਸਾਰੀ ਉਮਰ ਦਾ ਵਾਸ ਸੀ ਇਸ ਲਈ ਮਾਪੇ ਕਿੰਨਾ ਕੁ ਚੇਤ ਸਾਥ ਦੇ ਸਕਦੇ ਸਨ ਫਿਰ ਉਹ ਭਗਤ ਸਿੰਘ ਨੂੰ ਵੀ ਬੁਰਾ ਭਲਾ ਕਹਿੰਦੇ ਸਨ ਜੋ ਕਿ ਉਸ ਨੂੰ ਅਧਵਿਚਾਰ ਛੱਡ ਕੇ ਚਲਾ ਗਿਆ ਮਤਲਬ ਉਹਨੂੰ ਮਨਜ਼ੂਰ ਨਹੀਂ ਭਗਤ ਸਿੰਘ ਨੂੰ ਕੋਈ ਬੁਰਾ ਭਲਾ ਕਿਵੇ ਅੱਗੇਗਾ ਕਹਿੰਦੇ ਨੇ ਕਿ ਲੇਖਕ ਨੇ ਕਿਹਾ ਕਿ ਉਸ ਨੂੰ ਸਰਕਾਰ ਵੱਲੋਂ ਮਦਦ ਮੰਗਣੀ ਚਾਹੀਦੀ ਹੈ ਉਸ ਨੇ ਉੱਤਰ ਦਿੱਤਾ ਕਿਸ ਨੇ ਮਤਲਬ ਭਗਤ ਸਿੰਘ ਦੇ ਬਗੈਤਰ ਨੇ ਉੱਤਰ ਦਿੱਤਾ ਕਿ ਉਹ ਇੱਕ ਅਣਖੀ ਸ਼ਹੀਦ ਦੇ ਬਗੈਤਰ ਹੋ ਕੇ ਕਿਸੇ ਅੱਗੇ ਝੁਕਦੀ ਜਾਂ ਸਹਾਇਤਾ ਮੰਗਦੀ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ ਅਜਹੀਆਂ ਗੱਲਾਂ ਸੁਣ ਕੇ ਲੇਖਕਾ ਦਾ ਦਿਲ ਉਸ ਦੇ ਪੈਰ ਚੁੰਮਣ ਨੂੰ ਕਰਦਾ ਸੀ ਕਿਉਂਕਿ ਉਹ ਬਹੁਤ ਹੀ ਸਿੱਧਕੀ ਤੇ ਸਿਰਰੀ ਸੀ ਅੱਗੇਗਾ ਲੇਖਕਾ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਮੈਂ ਉਸ ਦੇ ਪਿੰਡ ਕਿਵੇਂ ਜਾ ਸਕਦੀ ਹਾਂ ਜਦੋਂ ਲੇਖਕ ਨੇ ਕਿਹਾ ਕਿ ਤੂੰ ਉਹਦੇ ਪਿੰਡ ਚਲੋ ਉਹਦਾ ਸਾਰੇ ਜਸ਼ਨ ਮਨਾਇਆ ਜਾ ਰਿਹਾ ਆ ਆਜ਼ਾਦੀ ਦਾ ਤੇ ਫਿਰ ਉਹਨੇ ਕਿਹਾ ਕਿ ਮੈਂ ਉਹਦੇ ਪਿੰਡ ਕਿਸ ਤਰ੍ਹਾਂ ਜਾ ਸਕਦੀ ਹਾਂ ਜਿਸ ਨੇ ਮੈਨੂੰ ਸੇਹਰੇ ਬਣ ਕੇ ਲੈ ਆਉਣ ਦੇ ਲੈ ਆਉਣਾ ਸੀ ਮਤਲਬ ਲੈਣ ਆਵਣਾ ਸੀ ਲੇਖਕ ਨੇ ਕਿਹਾ ਕਿ ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ ਪਰ ਉਸ ਨੇ ਝਟ ਉੱਤਰ ਦਿੱਤਾ ਕਿਨੇ ਬਗੇਤਰ ਨੇ ਝਟ ਉੱਤਰ ਦਿੱਤਾ ਕਿ ਉਸ ਨੂੰ ਇਹ ਗੱਲ ਕੱਲ ਹੀ ਹੋਈ ਜਾਪਦੀ ਹੈ ਉਸ ਨੇ ਲੇਖਕ ਨੂੰ ਦੱਸਿਆ ਕਿ ਇੱਕ ਵਾਰ ਉਸ ਨੇ ਉਸ ਨੂੰ ਘਰੋਂ ਬੁਲਾ ਕੇ ਆਖਿਆ ਸੀ ਕਿ ਮੈਨੂੰ ਅਜੇ ਕੰਮ ਹੈ ਮੈਂ ਛੇਤੀ ਆ ਕੇ ਵਿਆਹ ਕਰਾਵਾਂਗਾ ਪਰ ਉਹ ਅਜੇ ਨਹੀਂ ਆਏ ਮੈਂ ਉਡੀਕ ਰਹੀ ਹਾਂ ਇਸ ਮਤ ਇਹਨਾਂ ਸ਼ਬਦਾਂ ਦੀ ਤੜਪ ਉਸਦੇ ਮੂੰਹ ਉੱਤੇ ਦਿਖਾਈ ਦੇ ਰਹੀ ਸੀ ਲੇਕਾ ਨੇ ਸ਼ਹੀਦ ਦੀ ਮਗੇਤ ਨੂੰ ਲੰਮੀ ਉਮਰ ਦੀ ਅਸ਼ੀਰ ਦਿੱਤੀ ਉਸਨੇ ਲੇਕਾ ਨੂੰ ਕਿਹਾ ਮੈਨੂੰ ਲੰਮੀ ਉਮਰ ਦੀ ਲੋੜ ਨਹੀਂ ਉਹ ਤਾਂ ਇਹ ਦਿਨ ਵੀ ਬੜੀ ਮੁਸ਼ਕਲ ਨਾਲ ਕੱਟ ਰਹੀ ਹੈ ਅੱਗੇ ਉਹ ਲੇਕਾ ਨੂੰ ਕਹਿੰਦੀ ਹੈ ਕਿ ਕਈ ਵਾਰ ਉਹ ਸੋਚਦੀ ਹੈ ਕਿ ਕੋਈ ਆ ਕੇ ਮੈਨੂੰ ਕਹੇ ਕਿ ਅਜੇ ਉਹ ਮਰਿਆ ਮਰੇ ਨਹੀਂ ਉਸਨੂੰ ਫਾਂਸੀ ਨਹੀਂ ਲੱਗੀ ਉਹ ਜ਼ਿੰਦਾ ਹੈ ਤੇ ਉਸਨੂੰ ਛੇਤੀ ਹੀ ਆਪਣੇ ਨਾਲ ਲੈ ਜਾਵੇਗਾ ਲੇਖਾ ਨੇ ਉਸ ਨੂੰ ਦੱਸਿਆ ਕਿ ਸਾਡਾ ਦੇਸ਼ ਜਿਹੜਾ ਬਹੁਤ ਤਰੱਕੀ ਕਰ ਰਿਹਾ ਹੈ ਸਰਦਾਰ ਭਗਤ ਸਿੰਘ ਦੇ ਸੁਪਨੇ ਜਿਹੜੇ ਪੂਰੇ ਹੋ ਰਹੇ ਹਨ ਅਤੇ ਆਜ਼ਾਦੀ ਦੇ ਜਸ਼ਨ ਵਿੱਚ ਉਸ ਨੂੰ ਵੀ ਹਿੱਸਾ ਪਾਉਣਾ ਚਾਹੀਦਾ ਹੈ ਇਹ ਸੁਣ ਕੇ ਉਸ ਦੇ ਮੋਹ ਤੇ ਉਦਾਸੀ 사 ਗਈ ਕਿਦੇ ਮੋਹ ਤੇ ਉਦਾਸੀ 사 ਗਈ ਭਗਤ ਸਿੰਘ ਦੀ ਬਗੇਤਾ ਤੇ ਲਿਹਕਾ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਬੜੀ ਹੀ ਸੋਹਣੀ ਸੀ ਉਹ ਬੜਾ ਹੀ ਸੋਹਣਾ ਸੀ ਸਾਰੇ ਪਿੰਡ ਦੀਆਂ ਕੁੜੀਆਂ ਦੇ ਪਰੋਣਿਆਂ ਨਾਲੋਂ ਸੋਹਣਾ ਸੀ ਇਸ ਕਰਕੇ ਗੱਲਾਂ ਕਰਦਿਆਂ ਉਸ ਦਾ ਗਲਾ ਪਾਰ ਆਇਆ ਮਤਲਬ ਦੁਖੀ ਹੋ ਗਈ ਗਰੋਂ ਲੱਪੇ ਲੇਖਾ ਦਾ ਸਿਰ ਉਸ ਅੱਗੇ ਝੁਕ ਗਿਆ ਤਾਂ ਉਸ ਦੀ ਨਜ਼ਰ ਮਗੇਤਰ ਦੀ ਟੁੱਟੀ ਹੋਈ ਜੁੱਤੀ ਤੇ ਪੈ ਗਈ ਉਸ ਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ ਲੇਖਾ ਨੇ ਉਸ ਦਾ ਦਰਦ ਵੰਡਾਇਆ ਤੇ ਆਖਿਆ ਕਿ ਉਸ ਨੂੰ ਉਦਾਸ ਨਹੀਂ ਹੋਣਾ ਚਾਹੀਦਾ ਸਰਕਾਰ ਭਗਤ ਸਿੰਘ ਕੇਵਲ ਕਹਿੰਦਾ ਕਿ ਸਰਦਾਰ ਭਗਤ ਸਿੰਘ ਜਿਹੜਾ ਹੈ ਕੇਵਲ ਉਸ ਦਾ ਹੀ ਨਹੀਂ ਸਗੋਂ ਸਭ ਦਾ ਸੀ ਉਸ ਦੇ ਸ਼ਹੀਦ ਹੋਣ ਦਾ ਦੁੱਖ ਸਾਰੇ ਭਾਰਤ ਨੂੰ ਹੈ ਲੇਕਾ ਇਹ ਸੋਚ ਹੀ ਰਹੀ ਸੀ ਕਿ ਗੱਡੀ ਖੜੀ ਹੋ ਗਈ ਸਟੇਸ਼ਨ ਆ ਚੁੱਕਾ ਸੀ ਉਹ ਮੰਗਤਾ ਉਹ ਗੀਤ ਗਾ ਰਿਹਾ ਸੀ ਠੀਕ ਹੈ ਬਟਾ ਇਸ ਤਰ੍ਹਾਂ ਸਾਡਾ ਜਿਹੜਾ ਸਾਰਾ ਸਿਲੇਬਸ ਕੰਪਲੀਟ ਹੋ ਗਿਆ ਤੇ ਜੇ ਬਾਈ ਚਾਂਸ 10:30 11 ਵਜੇ ਤੱਕ ਸਾਨੂੰ ਜਿਹੜਾ ਇਹਦਾ ਸ਼ਾਂਤੀ ਕੈਸ ਪੇਪਰ ਜਿਹੜਾ ਆਨਲਾਈਨ ਸੋਰਸ ਤੋਂ ਮਿਲ ਜਾਂਦਾ ਤੇ ਮੈਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੀ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜੋ ਤੇ ਪਲੇ ਲਿਸਟ ਵਿੱਚ ਪੰਜਾਬੀ ਐਕੂਰੇਟ ਦੇਚ ਜਾਓ ਤੇ ਉਹਦੇ ਤੋਂ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲ ਜਾਣੀਆਂ ਠੀਕ ਹੈ ਬੇਟਾ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ